ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਲੋਕਾਂ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਭਰ ਚੁੱਕਾ ਹੈ। ਦੱਸ ਦਈਏ ਕਿ ਬਾਰਿਸ਼ ਦੇ ਮਾਹੌਲ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਇਹ ਨਹੀਂ ਕਿ ਇੱਕ ਘਰ ਦਾ ਹਾਲ, ਸਾਰੇ ਪਿੰਡ ਦੇ ਵਿੱਚ ਹੀ ਜਿਹੜਾ ਕਾਫੀ ਇੰਨਾ ਕੁ ਜ਼ਿਆਦਾ ਪਾਣੀ ਭਰ ਚੁੱਕਾ ਕਿ ਲੋਕਾਂ ਦਾ ਲੰਘਣਾ ਆਉਣਾ ਜਾਣਾ ਵੀ ਮੁਸ਼ਕਲ ਹੋ ਚੁੱਕਾ ਹੈ ਔਰ ਲੋਕ ਬੜੀ ਮੁਸ਼ਕਲ ਦੇ ਨਾਲ ਲੰਘ ਰਹੇ ਨੇ ਆ ਰਹੇ ਨੇ। ਇਸੇ ਤਰੀਕੇ ਨਾਲ ਜੇ ਘਰਾਂ ਦੀ ਗੱਲ ਕਰੀਏ ਤਾਂ ਘਰ ਦੇ ਸਰ ਜਿਹੜੇ ਘਰ ਜਿਹੜੇ ਨੇ ਵਿਹੜਿਆਂ ਦੇ ਵਿੱਚ ਜਿਵੇਂ ਪਾਣੀ ਭਰ ਚੁੱਕਾ ਹੈ, ਬੱਚਿਆਂ ਦਾ ਸਕੂਲ ਜਾਣਾ ਵੀ ਜਿਹੜਾ ਮੁਸ਼ਕਿਲ ਹੋ ਚੁੱਕਾ ਹੈ। ਇੱਥੋਂ ਤੱਕ ਕਿ ਪਿੰਡਾਂ ਵਾਲਿਆਂ ਨਾਲ ਗੱਲਬਾਤ ਹੋਈ ਹੈ, ਉਹਨਾਂ ਦਾ ਕਹਿਣਾ ਹੈ ਕਿ ਕਿਸੇ ਦੀ ਅਗਰ ਕੋਈ ਡੈਥ ਵੀ ਹੋ ਜਾਂਦੀ ਹੈ ਤਾਂ ਉਸਨੂੰ ਸ਼ਮਸ਼ਾਨ ਘਾਟ ਲਿਜਾਣਾ ਤਾਂ ਔਖਾ ਹੋ ਚੁੱਕਾ ਹੈ। ਹਾਲਾਂਕਿ ਉਹਨਾਂ ਨੇ ਨਾਲ ਇੱਕ ਇਹ ਵੀ ਗੱਲ ਕਹੀ ਹੈ ਕਿ ਪ੍ਰਸ਼ਾਸਨ ਨੂੰ ਇਸ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਕੋਈ ਬੇੜੀ ਦਾ ਪ੍ਰਬੰਧ ਕਰ ਦੇਣ ਜਿਸ ਨਾਲ ਉਹ ਘਰ ਦਾ ਆਪਣਾ ਗੁਜ਼ਾਰਾ ਜਿਹੜਾ ਕਰ ਸਕਣ ਔਰ ਆ ਜਾ ਸਕਣ। ਫਿਲਹਾਲ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਦੀ ਜਿਹੜਾ ਸਾਰ ਲੈਂਦਾ ਹੈ ਔਰ ਕਿਹੜੀ ਮਦਦ ਕਰਦਾ ਹੈ। ਮੇਰਾ ਨਾਮ ਹੁਸ਼ਿਆਰ ਸਿੰਘ ਹੈ ਜੀ। ਕੀ ਮੁਸ਼ਕਲ ਹੈ ਜੀ? ਦੱਸੋ। ਸਾਨੂੰ ਮੁਸ਼ਕਲ ਇਹ ਆ, ਜਿਹੜਾ ਸਾਡੇ ਪਿੰਡ ਦਾ ਪਾਣੀ ਦਾ ਨਿਕਾਸ ਰੋਹੀ ਨੂੰ ਕੱਢਿਆ ਗਿਆ, ਉਹ ਜੱਟਾਂ ਨੇ ਸਾਰੇ ਪੋਰੇ ਵੱਢ ਕੇ ਪੈਲੀਆਂ ਨੂੰ ਲਾ ਲਿਆ, ਪੋਰਾ ਬੰਦ ਹੋ ਗਿਆ। ਨਾਲੇ ਨਾ ਮੌਕੇ ਤੇ ਵੀਡੀਓ ਬਣਾਓ, ਮਹਿਕਮੇ ਨੂੰ ਖਬਰ ਕਰੋ। ਆਹ ਹੁਣ ਮੁੰਡਾ, ਇਹਦਾ ਕਾਰੋਬਾਰ ਪੋਲਟਰੀ ਫਾਰਮ ਦਾ, ਇਹਦਾ ਵੀ ਕੰਮ ਖਤਮ। ਚੂਜੇ ਡੁੱਬਣ ਦਾ, ਚੂਜਾ ਡੁੱਬਣ ਤਰਨ ਦਾ ਸਰਪੰਚ ਆ ਸਾਡੇ ਪਿੰਡ ਦਾ, ਇਹ ਮੁੰਡਾ ਡੁੱਬਣ ਡੇ ਆ। ਜਿਹੜੀ ਗ੍ਰਾਂਟ ਸਾਡੇ ਪਿੰਡ ਲੱਗੀ ਆ ਪ੍ਰਾਈਵੇਟ ਕੰਪਨੀਆਂ ਦੀ ਆ, ਵੀ 8 ਲੱਖ 'ਚ ਮੈਂ ਇਹੋ ਜਿਹਾ ਕੰਮ ਕਰਕੇ ਦਊਂਗਾ ਤੁਹਾਡੇ ਪੈਰ ਪਾਣੀ ਨਾਲ ਗਿੱਲੇ ਨਾ ਹੋਣ। ਕੀ ਅਧਿਕਾਰ ਆ ਜਦੋਂ ਪ੍ਰਾਈਵੇਟ ਮਹਿਕਮਾ ਕੰਮ ਕਰਦਾ ਤੇ ਜਿਹੜਾ ਕੀ ਕਹਿੰਦੇ ਸਰ ਉਹਨੂੰ ਆਪਣਾ ਪੰਚਾਇਤੀ ਰਾਜ ਨੀ, ਇਹ ਸੈਕਟਰੀ ਦੇ ਉੱਤੇ ਕੀ ਹੁੰਦਾ ਵੀਡੀਓ ਬਿਨਾਂ ਪੁੱਛੇ ਜਾਂ ਵੀਡੀਓ ਦਾ ਨਹੀਂ ਪਤਾ ਜੀ। ਜਿਹਨੇ GCP ਲਾ ਕੇ ਇਹ ਟੋਏ ਪਟਾਏ ਆ ਉਹਨੂੰ ਪੁੱਛੋ ਇਹਦਾ ਲੇਵਲ ਕੀਤਾ, ਬਿੱਲ ਕਿੰਨੇ ਦਾ। ਆਹ ਹੁਣ ਸਾਡੀ ਪੁਲੀ ਟੁੱਟੀ ਆ, ਆਹ ਪਾਣੀ ਦਾ ਮੌਕਾ ਵੇਖ ਲਿਆ ਤੇ ਸਾਡੀਆਂ ਵੋਟਾਂ ਲੈ ਕੇ ਸਾਡੇ ਸਿਰ ਤੇ ਸਰਕਾਰ ਬਣਦੀ ਆ, ਜੇ ਸਾਡਾ ਨਹੀਂ ਕੰਮ ਕਰਨਾ ਤਾਂ ਕਰੂ ਕਿਹਦਾ। ਮੈਂ ਬੇਨਤੀ ਕਰਦਾ ਵੀ ਜੋ ਅੱਜ ਮੀਡੀਆ ਨੂੰ ਸਾਨੂੰ ਸੱਦਣ ਦੀ ਲੋੜ ਪਈ ਆ, ਉਹ ਜਦੋਂ ਪਾਣੀ ਸਾਡੇ ਸਿਰੋਂ ਲੰਘਿਆ ਉਸ ਤੋਂ ਬਾਅਦ ਅਸੀਂ ਮੀਡੀਆ ਤੱਕ ਖਬਰ ਕੀਤੀ ਆ। ਸਾਡੇ ਕਿਸੇ ਵੀ ਹਲਕਾ ਵਿਧਾਇਕ, ਕਿਸੇ ਸਰਪੰਚ, ਕਿਸੇ ਮੈਂਬਰ, ਕਿਸੇ ਨੇ ਆਣ ਕੇ ਸਾਡੀ ਸਾਰ ਨਹੀਂ ਲਈ। ਸਾਡੇ ਬੱਚੇ ਸਕੂਲ ਦੇ ਵਿੱਚ ਜਦੋਂ ਜਾਂਦੇ ਆ ਉਹ ਤੁਸੀਂ ਸੜਕ ਵੇਖ ਹੀ ਲਈ ਆ, ਉਹਦੇ ਵਿੱਚ ਦੀ ਵੈਨ ਕਿਤਨਾ ਲੰਘਦੀ ਆ ਔਰ ਬੱਸਾਂ ਕਿਤਨਾ ਲੰਘਦੀਆਂ। ਜੇ ਮੈਨੂੰ ਕਹੋ ਤਾਂ ਮੇਰੇ ਕੋਲ ਵੀਡੀਓ ਬਣੀਆਂ ਹੋਈਆਂ, ਮੈਂ ਤੁਹਾਨੂੰ ਬੱਸਾਂ ਦੀਆਂ ਵੀਡੀਓ ਤੁਹਾਡੇ ਵਟਸਐਪ 'ਤੇ ਕਰ ਦੇਣਾ। ਇਹ ਮੰਤਰੀਆਂ ਤੱਕ ਵੀ ਗੱਲ ਪਹੁੰਚੀ ਹੋਈ ਆ ਪਰ ਕਿਸੇ ਦੇ ਕੰਨ 'ਤੇ ਕੋਈ ਜੂ ਨਹੀਂ ਸਰਕੀ। ਸਾਨੂੰ ਨਹੀਂ ਪਤਾ ਗ੍ਰਾਂਟ ਆਈ ਆ ਜਾਂ ਨਹੀਂ ਆਈ, ਇੱਥੇ ਆਉਂਦੇ ਆ ਚੁੰਮਾ ਲੈ ਕੇ ਮੁੜ ਜਾਂਦੇ ਆ। ਇੱਥੇ ਆਇਆ SC ਮੰਡੀਕਰਨ ਬੋਰਡ ਦਾ ਐਕਸ਼ਨ ਔਰ SDO ਆਏ ਆ, ਇਹ ਪਾਣੀ ਕੱਢ ਦਿਓ ਅਤੇ ਅਸੀਂ ਸੜਕ ਬਣਾ ਦਿਆਂਗੇ। ਦੱਸੋ ਪਾਣੀ ਕੱਢਣਾ ਸੰਤੋਖ ਸਿੰਘ ਦਾ ਕੰਮ ਆ ਜਾਂ ਆਹ ਜਿਹੜੇ ਮੇਰੇ ਸਾਥੀ ਖਲੋਤੇ ਇਹਨਾਂ ਦਾ ਕੰਮ ਆ? ਪਾਣੀ ਕੱਢਣਾ, ਪਾਣੀ ਦਾ ਨਿਕਾਸ ਕਰਨਾ ਪੰਚਾਇਤ ਦੇ ਵਾਸਤੇ ਆ, ਇਹ ਸਾਡੇ ਵਾਸਤੇ ਦਾ ਰੋਗ ਨਹੀਂ ਹੈਗਾ। ਪੰਚਾਇਤ ਜਿਹੜੀ ਆ ਸਾਨੂੰ ਬਿਲਕੁਲ ਸਾਥ ਨਹੀਂ ਦੇ ਰਹੀ। ਇੱਥੇ ਆਣ ਕੇ ਸੰਗਮ ਹੁੰਦਾ ਦੋ ਦਰਿਆਵਾਂ ਦਾ, ਉਧਰੋਂ ਦੂਸਰੇ ਪਿੰਡ ਦੀ ਸਪਲਾਈ ਆਉਂਦੀ ਆ, ਇਧਰੋਂ ਇਸ ਪਿੰਡ ਦੀ ਸਪਲਾਈ ਆਉਂਦੀ ਆ। ਦੋਵੇਂ ਸਰਪੰਚ ਜਿਹੜੇ ਨਾ ਹੋਇਆਂ 'ਚ ਹੋਏ ਆ, ਜਿਹੜੇ ਕਿ ਸਾਨੂੰ ਮਾਸਾ ਵੀ 1 ਸੈਂਟੀਮੀਟਰ ਦਾ ਵੀ ਸਾਨੂੰ ਉਹਨਾਂ ਕੋਲ ਆਸ ਨਹੀਂ ਹੈਗੀ ਵੀ ਜਿਹੜਾ ਸਾਡਾ ਪਾਣੀ ਕੱਢ ਦੇਣਗੇ। ਆਣ ਕੇ ਵੇਖੋ ਬੂਹਿਆਂ ਦੇ ਅੱਗੇ ਮੱਛਰ ਅਤੇ ਔਰ ਸਾਡੇ ਪਾਣੀ, ਜਾਂ ਤੁਸੀਂ ਆਹ ਛੜਕ ਦੀ ਹਾਲਾਤ ਵੇਖ ਹੀ ਲਈ ਆ। ਇਹ ਗੱਲ ਜਿਹੜੀ ਆ ਅਜੇ ਤੱਕ ਨਾ ਕਿਸੇ ਮੰਤਰੀ ਤੱਕ ਗਈ ਆ, ਜੇ ਗਈ ਵੀ ਆ ਤਾਂ ਉਹਨਾਂ ਸੁਣੀ ਅਣਸੁਣੀ ਕਰਕੇ ਛੱਡ ਛੱਡੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮਾਮਲਾ ਜੀ ਸਾਡੇ ਦੋ ਪੰਚਾਇਤਾਂ ਦਾ, ਲੋਕਾ ਖੁਰਦ ਦਾ ਵੀ ਤੇ ਲੋਕਾ ਕਲਾਂ ਦਾ ਵੀ, ਬਿਲਕੁਲ ਪਾਣੀ ਦਾ ਨਿਕਾਸ ਹੈ ਨਹੀਂ ਕਿਸੇ ਬੰਨੇ ਨਿਕਲਣ ਦਾ। ਆਹ ਜੇ ਮਹੀਨਾ ਹੋ ਗਿਆ ਮੀਂਹ ਪੈ ਨੂੰ ਤੇ ਅਜੇ ਤਾਂ ਹੀ ਆ ਪਾਣੀ ਚਾਰ ਚਫੇਰੇ ਤੁਸੀਂ ਵੇਖ ਹੀ ਲਿਆ, ਗੋੜੇ ਗੋੜੇ ਪਾਣੀ ਖਲੋਤਾ ਵਾ, ਗੰਦਗੀ ਫੈਲੀ ਆ, ਘਰਾਂ 'ਚ ਬਿਮਾਰੀ ਪੈਣ ਦਾ ਖਤਰਾ, ਤੇ ਸਰਕਾਰ ਦਾ ਕੋਈ ਇਸ ਬੰਨੇ ਧਿਆਨ ਨਹੀਂ ਗਾ। ਪਤਾ ਨਹੀਂ ਇਹ ਪੈਸੇ ਕਿੱਥੋਂ ਆਉਣੇ ਤੇ ਕਿੱਥੇ ਲਾਉਣੇ ਆ ਤੇ ਕਿੰਨੇ ਲਾਉਣੇ ਆ।
ਤੇ ਅਜੇ ਤਾਈਂ ਇੱਥੇ ਕੋਈ ਸਾਡੇ ਵੇਖਣ ਹੀ ਨਹੀਂ ਆਇਆ। ਸੜਕ ਵੇਖੋ ਸਾਰੀ ਟੁੱਟੀ ਪਈ ਆ। ਅਸੀਂ ਮੀਡੀਆ ਨੂੰ ਇਸ ਕਰਕੇ ਅੱਜ ਸੱਦਿਆ ਵੀ ਸਾਡੀ ਕੋਈ ਸੁਣਵਾਈ ਹੋਵੇ, ਦੂਰ ਤਾਈਂ ਜਾਵੇ, ਕੋਈ ਸਰਕਾਰ ਨੂੰ ਪਤਾ ਲੱਗੇ ਵੀ ਇੱਥੇ ਲੋਕਾਂ 'ਚ ਵੀ ਪਾਣੀ ਖਲੋਤਾ, ਗੋੜੇ ਗੋੜੇ ਚਿੱਕੜ ਭਰਿਆ ਪਿਆ, ਬੱਚਿਆਂ ਦਾ ਲੰਘਣਾ ਮੁਸ਼ਕਿਲ ਆ, ਇੱਧਰ ਸਾਡਾ ਸ਼ਮਸ਼ਾਨ ਘਾਟ ਆ। ਜੇ ਬਾਈ ਚਾਂਸ ਕੋਈ ਅਭੀ ਨਵੀ ਹੋ ਜੇ ਕਿ ਇਹ ਮੁਰਦੇ ਨੂੰ ਲੈ ਕੇ ਆਉਣਾ ਹੋਵੇ ਤਾਂ ਕਿੱਧਰ ਦੀ ਕੋਈ ਲੰਘੇ। ਸਾਡਾ ਤਾਂ ਦਿਨ ਰਾਤ ਦਾ ਇੱਕ ਟਰਾਂਸਫਾਰਮ ਉੱਥੇ ਛੱਪੜ ਦੇ ਵਿੱਚ ਹੀ, ਅਤੇ ਜੇ ਉਹਦੇ ਫਿਊਜ ਲਾਉਣਾ ਰਾਤ ਦੀ ਸਾਡੀ ਬੱਤੀ ਬੰਦ ਆ। ਹੁਣ ਉਹ ਫਿਊਜ ਲਾਇਆ ਜੇ ਬੱਚਿਆਂ ਨੇ ਗੋੜੇ ਗੋੜੇ ਪਾਣੀ ਦੇ ਵਿੱਚ ਖਲੋ ਕੇ ਮਹਿਕਮੇ ਨੂੰ ਸੱਦ ਕੇ ਲਵਾਇਆ, ਅਤੇ ਆਹ ਹਾਲਤ ਸਾਡੇ ਪਿੰਡ ਦੀ ਬਣੀ ਆ। ਅਸੀਂ ਤਾਂ ਸਰਕਾਰ ਤੋਂ ਇਹੋ ਗੁਜ਼ਾਇਸ਼ ਕਰਦੇ ਹਾਂ ਵੀ ਇਸ ਸਾਡੇ ਪਾਣੀ ਦੇ ਨਿਕਾਸ ਦਾ ਜਿਹੜਾ ਅੱਗੇ ਬਾਹਮਣੀ ਵਾਲੇ ਨੂੰ ਜਾਂਦਾ ਇਹ ਨਾਲਾ, ਉਸੇ ਦੇ ਵਿੱਚ ਹੀ ਫਿਰ ਇਹ ਪਾਣੀ ਪਾਇਆ ਜਾਵੇ ਅਤੇ ਪਾਣੀ ਸਾਡੇ ਦਾ ਨਿਕਾਸ ਹੋ ਜੇ। ਇਹ ਰੋਈ ਨੂੰ ਇੰਨਾ ਪਾ ਤਾ ਪਿਛਲੀ ਸਰਕਾਰ ਨੇ ਕਿ ਉਹ ਰੋਈ ਨੂੰ ਤਾਂ ਪਾਣੀ ਸਾਡਾ ਚੜ੍ਹਦਾ ਹੀ ਨਹੀਂ ਗਾ, ਅਤੇ ਮੋਟਰ ਕੋਈ ਲਾਉਂਦੇ ਆ ਅਤੇ ਉਹ ਅਮਲੀ ਲਾ ਕੇ ਲੈ ਜਾਂਦੇ ਆ। ਇਹੋ ਜਿਹੀ ਹਾਲਤ ਬਣੀ ਪਈ ਆ। ਉਹ ਤੇ ਤੁਹਾਨੂੰ ਸਰਕਾਰਾਂ ਨੂੰ ਅੱਗੇ ਪਤਾ ਹੀ ਆ ਜੋ ਕੁਛ ਆ। ਮਹਿਕਮੇ ਵਾਲੇ ਨੇ ਫਿਊਜ਼ ਕਿੱਦਾਂ ਫਿਰ ਲਾਇਆ ਹੈ? ਮਹਿਕਮੇ ਵਾਲੇ ਵੀ ਗੋੜੇ ਗੋੜੇ ਪਾਣੀ ਚ ਖਲੋ ਕੇ ਲਾਏ ਆ, ਕੋ ਮਹਿਕਮੇ ਦੇ ਬੰਦੇ ਕੋ ਸਾਡੇ ਆਪਣੇ ਨਾਲ ਲੱਗੇ ਆਪਣੇ ਬੱਚੇ ਆ।